ਮਮਦੂਰ ਦੇ ਪਿੰਡ ਲੱਖੋਕੇ ਬਹਿਰਾਮ ਦੇ ਬੱਸ ਅੱਡੇ ਤੇ ਅਫਰਾ ਤਫਰੀ ਮੱਚ ਗਈ ਜਦੋਂ ਬੀਤੀ ਸ਼ਾਮ ਕਰੀਬ 7 ਵਜੇ ਨਸ਼ੇ ਦਾ ਸੇਵਨ ਕਰਨ ਦੌਰਾਨ 32 ਸਾਲਾ ਇੱਕ ਨੌਜਵਾਨ ਵਿਨੋਦ ਕੁਮਾਰ ਦੀ ਮੌਤ ਹੋ ਗਈ ਅਤੇ ਉਸਦੇ ਸਾਥੀ ਲਵਪ੍ਰੀਤ ਦੀ ਹਾਲਤ ਗੰਭੀਰ ਹੋ ਗਈ। ਦੋਵੇਂ ਨੌਜਵਾਨ ਫਾਜ਼ਿਲਕਾ ਤੋਂ ਇੱਥੇ ਆਏ ਸੀ ਤੇ ਇੱਥੇ ਤੂੜੀ ਤੇ ਫੱਕ ਇਕੱਠੀ ਕਰਨ ਦਾ ਕੰਮ ਕਰਦੇ ਸੀ ਤੇ ਕੱਲ੍ਹ ਦੇਰ ਸ਼ਾਮ ਇਹਨਾਂ ਨੇ ਬੱਸ ਸਟੈਂਡ ਦੇ ਨੇੜੇ ਸੁੰਨੀ ਥਾਂ ਤੇ ਨਸ਼ੇ ਦੀ ਵਰਤੋਂ ਕੀਤੀ ਜਿਸ ਦੌਰਾਨ ਵਿਨੋਦ ਕੁਮਾਰ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਉਸਦਾ ਸਾਥੀ ਲਵਪ੍ਰੀਤ ਸਿੰਘ ਗੰਭੀਰ ਹਾਲਤ ਵਿੱਚ ਤੜਫਣ ਲੱਗਾ। ਮੌਕੇ ਤੇ ਮੌਜੂਦ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਉਹਨਾਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਕਿਵੇਂ ਹੋਈ ਇਹ ਜੀ? ਵਿਨੋਦ ਕੁਮਾਰ ਪਿੰਡ ਵਿੱਚ ਤਾਂ ਕਦੇ ਮਾੜੀ ਮੋਟੀ ਦਾਰੂ ਦੁੱਪਾ ਹੀ ਪੀਂਦਾ ਹੁੰਦਾ ਸੀਗਾ ਜੀ ਅਤੇ ਇੱਧਰ ਕੋਈ 15-20 ਦਿਨਾਂ ਤੋਂ ਚੁੱਪ ਕਰੇ ਪਛੜਾ 10-15 ਦਿਨਾਂ ਤੋਂ ਇੱਧਰ ਏਰੀਏ 'ਚ ਆਏ ਸੀਗੇ ਜੀ ਲੇਬਰ ਦਾ ਕੰਮ ਕਰਨ ਜੀ ਪਰਾਲੀ 'ਚ ਪਰਾਲੀ ਦੀ ਗੱਠਾਂ ਦਾ ਜੀ ਇੱਥੇ ਕੋਈ ਉਹਨਾਂ ਨੂੰ ਇਹੋ ਜਿਹੇ ਬੰਦੇ ਮਿਲੇ ਜਿਨ੍ਹਾਂ ਨੇ ਜੀ ਹੁਣ ਚੁੱਟਾ ਕੀ ਚੀਜ਼ ਸੀਗੀ ਉਹ ਇੱਥੇ ਕੋਈ ਅਗਿਆਤ ਬੰਦਾ ਹੈ ਜਿਹੜਾ ਕਿ ਇਹਨਾਂ ਪਿੰਡਾਂ 'ਚੋਂ ਲਏ ਇੱਕ ਮੁੰਡਾ ਨਾਲ ਹੈਗਾ ਉਹ ਵਿਆਹ ਸੀਗਾ ਉਹਨੇ ਸਾਨੂੰ ਕੁਝ ਦੱਸਿਆ ਨਹੀਂ ਸਾਨੂੰ ਇਸ ਚੀਜ਼ ਦਾ ਪਤਾ ਲੱਗਿਆ ਵੀ ਇੱਥੇ ਕਿਤੇ ਕੋਈ ਬੰਦਾ ਉਹਨਾਂ ਨੂੰ ਕੋਈ ਜਿਹੜਾ ਚਿੱਟੇ ਦਾ ਤਸਕਰ ਹੈ ਉਹ ਆ ਕੇ ਇਹਨਾਂ ਨੂੰ ਦੇ ਕੇ ਗਿਆ ਇਸ ਚੀਜ਼ ਦਾ ਵੀ ਪਤਾ ਨਹੀਂ ਵੀ ਫਰੀ ਦਿੱਤਾ ਜਾਂ ਪੈਸਿਆਂ 'ਚ ਦਿੱਤਾ ਕਿਵੇਂ ਦਿੱਤਾ ਜੀ ਉਹ ਚਿੱਟੇ ਚਾਟੇ ਕਾਰਨ ਕਰਕੇ ਵਿਨੋਦ ਦੀ ਮਤਲਬ ਡੈਥ ਹੋ ਗਈ ਕੀ ਹੋਇਆ ਫਿਰ ਜਿੱਥੇ ਆਏ ਸੀ ਸੰਤਾਂ ਕਿੰਨੀ ਦੇਰ ਤੋਂ ਨਸ਼ੇ ਦਾਦੀ ਸੀਗਾ ਨਸ਼ਾ ਜੀ ਪਿੰਡ 'ਚ ਤਾਂ ਨਹੀਂ ਕਰਦੇ ਇੱਥੇ ਆ ਕੇ ਨਸ਼ਾ ਕਰਕੇ ਨਸ਼ੇ ਕਰਕੇ ਮੌਤ ਹੋ ਗਈ ਤੁਹਾਨੂੰ ਘਰੇ ਪਤਾ ਨਹੀਂ ਲੱਗਾ ਵੀ ਪਹਿਲਾਂ ਨਸ਼ੇ ਕਰਦਾ ਸੀ ਜਾਨੀ ਨਾ ਜੀ ਦਾਰੂ ਦੱਪਾ ਤਾਂ ਪੀ ਲੈਂਦਾ ਹੁੰਦਾ ਸੀ ਵੀ ਇਸ ਚੀਜ਼ ਦਾ ਨਹੀਂ ਪਤਾ ਦੂਜੇ ਪਾਸੇ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ ਸਰ ਜੀ ਫਾਜ਼ਿਲਕਾ ਤੋਂ ਮਿਹਨਤ ਮਜ਼ਦੂਰੀ ਕਰਨ ਵਾਸਤੇ ਇੱਥੇ ਲੱਖੋਕੇ ਬਹਿਰਾਮ ਰਹਿੰਦੇ ਸੀ ਅਤੇ ਨਸ਼ੇ ਨੂੰ ਲੈ ਪਹਿਲਾਂ ਗੁਆਤੀ ਸੀ ਬਾਕੀ ਡਾਕਟਰ ਸਾਹਿਬ ਨੂੰ ਰਿਪੋਰਟ ਕਰਨ ਦੇ ਪਤਾ ਲੱਗ ਗਿਆ ਕੀ ਨਾਮ ਹੈਗਾ ਕਿੰਨੀ ਉਮਰ ਲੱਗੀ ਇਹਦਾ ਵਿਨੋਦ ਕੁਮਾਰ ਹੈ ਉਮਰ ਹੋਣੀ ਹੈ 32-33 ਸਾਲ ਦੀ ਅਤੇ ਨਸ਼ੇ ਕਰਕੇ ਮੌਤ ਹੋ ਗਈ ਹੈ ਜੀ ਇਹ ਤੋਂ ਡਾਕਟਰ ਸਾਹਿਬ ਰਿਪੋਰਟ ਦੇਣਗੇ ਫਿਰ ਪਤਾ ਲੱਗ ਗਿਆ ਸ਼ੁਰੂਆਤੀ ਤੁਹਾਨੂੰ ਕੀ ਲੱਗਦਾ ਸੀ ਫਿਲਹਾਲ ਤਾਂ ਇਵੇਂ ਲੱਗਦਾ ਜੀ ਪਰ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦੇ ਸਰਕਾਰ ਦੇ ਦਾਅਵੇ ਹਾਲੇ ਤੱਕ ਤਾਂ ਖੋਖਲੇ ਹੀ ਸਾਬਿਤ ਹੋ ਰਹੇ ਨੇ। ਮਮਦੋੜ ਤੋਂ ਸੰਜੀਵ ਮਦਾਨ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਔਰ ਆਪਣੇ ਮਨ ਮਰਜ਼ੀ ਦਾ ਕੋਰਸ ਚਾਹੁੰਦੇ ਹੋ ਤੇ ਮਈ ਔਰ ਸਪਤੰਬਰ ਸੈਸ਼ਨ ਵਿੱਚ ਅਪਲਾਈ ਕਰਨ ਦਾ ਇਹ ਸੁਨਹਿਰੀ ਮੌਕਾ ਹੈ। ਪਿਰਾਮਿਡ ਈ ਸਰਵਿਸਿਜ਼ ਨਾਲ ਨਾ ਹੀ ਸਿਰਫ ਤੁਸੀਂ ਹੁਣ ਅਪਲਾਈ ਕਰਕੇ ਆਪਣਾ ਆਫਰ ਅਪਲਾਈ ਕਰ ਪਾਓਗੇ ਬਲਕਿ 3 ਤੋਂ $5,000 ਦੀ ਸਕਾਲਰਸ਼ਿਪ ਵੀ ਟਾਈਮ ਸਿਰ ਅਪਲਾਈ ਕਰਕੇ ਹਾਸਲ ਕਰ ਪਾਓਗੇ।